ਥਾਣਾ ਵਲਦੋਹਾ ਦੀ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਸਮੇਤ 5 ਖਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਹਰਚੰਦ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਹਨ, ਜਿਸ 'ਤੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਪਾਰਟੀ ਵੱਲੋਂ ਲਗਾਏ ਹੋਏ ਨਾਕੇ ਤੋਂ ਥੋੜ੍ਹਾ ਪਿੱਛੇ ਹੀ ਗੱਡੀ ਰੋਕ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਹਨੂੰ ਪੁਲਿਸ ਪਾਰਟੀ ਨੇ 3 ਜਣਿਆਂ ਨੂੰ ਕਾਬੂ ਕਰ ਲਿਆ, 2 ਜਣੇ ਇਹਦੇ ਚੋਂ ਭੱਜ ਗਏ। ਜਿਹੜੇ ਕਾਬੂ ਕੀਤੇ ਗਏ ਉਹਨਾਂ ਵਿੱਚ ਮਨਜਿੰਦਰ ਸਿੰਘ ਇਲੀਅਸ ਮਨੀ ਪੁੱਤਰ ਦਲੀਪ ਸਿੰਘ ਕੌਮ ਜੱਟ ਵਾਸੀ ਲਾਖਣਾ ਅਤੇ ਗੁਰਪ੍ਰਤਾਪ ਸਿੰਘ ਇਲੀਅਸ ਪ੍ਰਤਾਪ ਪੁੱਤਰ ਸਵਰਨ ਸਿੰਘ ਅਮਰਕੋਟ, ਸੁਖਦੇਵ ਸਿੰਘ ਇਲੀਅਸ ਖੇਸੀ ਜਿਹੜਾ ਕਿ ਬਹੁਤ ਜ਼ਿਆਦਾ ਮਸ਼ਹੂਰ ਆ ਇੱਥੇ ਨਸ਼ਾ ਤਸਕਰੀ 'ਚ, ਪਹਿਲਾਂ ਵੀ ਇਹਨਾਂ ਦੇ ਖਿਲਾਫ਼ ਪਰਚੇ ਦਰਜ ਆ, ਪੁੱਤਰ ਕਸ਼ਮੀਰ ਸਿੰਘ ਕੌਮ ਸੁਨਿਆਰਾ ਗਲੀ ਮੰਤਰੀਆਂ ਵਾਲੀ ਵਲਟੋਹਾ, ਇਹਨਾਂ ਨੂੰ ਮੌਕੇ 'ਤੇ ਗ੍ਰਿਫਤਾਰ ਕਰ ਲਿਆ। ਅਤੇ ਗੁਰਪ੍ਰੀਤ ਸਿੰਘ ਇਲੀਅਸ ਗੋਪੀ ਪੁੱਤਰ ਕੁਲਵੰਤ ਸਿੰਘ ਅਮਰਕੋਟ ਅਤੇ ਅਵਤਾਰ ਸਿੰਘ ਇਲੀਅਸ ਗੂਰਾ ਪੁੱਤਰ ਜਰਨੈਲ ਸਿੰਘ ਜੱਟ ਵਾਸੀ ਭੂਰਾਪੁਰਾ, ਇਹ ਮੌਕੇ ਤੋਂ ਭੱਜਣ 'ਚ ਕਾਮਯਾਬ ਹੋ ਗਏ। ਹਾਂਜੀ ਸਰ, ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਅਤੇ ਗੱਡੀ ਦੇ ਵਿੱਚੋਂ 3 ਗ੍ਰਾਮ ਹੈਰੋਇਨ ਦਾਣੇਦਾਰ ਬਿਲਕੁਲ ਪਿਓਰ ਹੈਰੋਇਨ ਅਤੇ 1077 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਦੇ ਖਿਲਾਫ਼ ਮੁਕੱਦਮਾ ਨੰਬਰ 120/2917/21/2261 NDPS ਐਕਟ ਅਧੀਨ ਦਰਜ ਰਜਿਸਟਰ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ। ਡਿਟੇਲ 'ਚ ਇਹਨਾਂ ਦੀ ਪੁੱਛਗਿੱਛ ਕੀ, ਕਾਫ਼ੀ ਮਸ਼ਹੂਰ ਸੀਗੇ ਇੱਥੇ ਨਸ਼ਾ ਤਸਕਰੀ ਦੇ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ, ਇਹਨਾਂ ਦੇ ਖਿਲਾਫ਼ ਪਹਿਲਾਂ ਵੀ ਪਰਚੇ ਦਰਜ ਆ, ਇਹ ਜੇਲ੍ਹਾਂ 'ਚ ਵੀ ਰਹਿ ਕੇ ਆਏ ਆ, ਲੇਕਿਨ ਫਿਰ ਵੀ ਇਸ ਦੇ ਬਾਵਜੂਦ ਵੀ ਜ਼ਮਾਨਤ 'ਤੇ ਆਉਣ ਤੋਂ ਬਾਅਦ ਇਹਨਾਂ ਨੇ ਆਪਣਾ ਧੰਦਾ ਜਿਹੜਾ ਵਾ ਉਹ ਛੱਡਿਆ ਨਹੀਂ, ਬਾਦ ਦਸਤੂਰ ਜਾਰੀ ਰੱਖਿਆ ਵਾ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।